ਦੇਖੋ ਬਈ, ਉਹ ਦੇਖੋ ਆਹ ਦੇਖੋ ਰੇਲ ਗਾੜੀ ਰੋਟੀ ਗਰਮ ਗਰਮ ਫੁਲਕਾ ਹੈ ਭਜਾਈ ਗਰਮ ਗਰਮ ਚਿਕਨ ਨਾਲ ਅੱਜ ਮੰਮੀ ਹੋਣਾ ਨੇ ਬਣਾਇਆ ਚਿਕਨ ਚਿਕਨ ਤੇ ਜੀਤ ਆਪਣੇ ਕੰਮ ਤੋਂ ਫਰੀਦਾਬਾਦ ਗਏ ਸੀ ਕੱਲ੍ਹ ਜਦੋਂ ਦੱਸੇ ਆਏ ਸੀਗੇ ਅਤੇ ਹੁਣ ਅੱਜ ਰਾਤੀ ਆ ਜਾਣਗੇ ਅਤੇ ਕੱਲ੍ਹ ਫਿਰ ਇੱਥੇ ਰਹਿਣਗੇ ਸਾਰਾ ਦਿਨ ਹੈ ਕੀ ਕਹਿ ਰਹੇ ਅੱਛਾ ਨਹੀਂ ਹਮ ਬੋਲ ਰਹੀ ਹਾਂ ਉਸ ਤੋਂ ਮੰਜੀ ਬੜੀ ਬਾਤ ਆ ਅੱਜ ਨਾ ਮੈਂ ਦੇਖ ਲਓ ਰਾਤ ਦੇ 9 ਵਜੇ 9:45 ਵਲੋਗ ਦੀ ਸ਼ੁਰੂਆਤ ਕਰ ਰਹੀ ਹਾਂ ਕੋਸ਼ਿਸ਼ ਕਰੂੰਗੀ ਕਿ ਬਣਾ ਲਵਾਂ ਇੱਦਾਂ ਕਿ 12-13-14 ਮਿੰਟ ਦਾ ਤਾਂ ਕਿ ਮੈਂ ਸਵੇਰੇ ਤੁਹਾਡੇ ਲਈ ਵਲੋਗ ਲੈ ਕੇ ਆ ਸਕਾਂ ਇੱਥੇ ਬੱਚੇ ਕਰ ਰਹੇ ਆ ਇੰਜੋਇਮੈਂਟ ਅਤੇ ਅੱਜ ਸਾਨੂੰ ਅੱਜ ਮੈਂ ਪੂਰਾ ਦਿਨ ਬਿਜ਼ੀ ਰਹੀ ਕਿਉਂਕਿ ਜਿਸ ਨੂੰ ਇੰਪੋਰਟੈਂਟ ਕੰਮ ਆਈ ਸੀਗੀ ਉਹ ਕੀਤਾ ਫਿਰ ਸ਼ਾਮੀ ਫਿਰ ਮੰਮੀ ਦੀ ਤਬੀਅਤ ਖਰਾਬ ਹੋ ਗਈ ਸੀ ਹੈ ਨਾ ਦੀਦੀ ਹੁਣੀ ਉਹਨੂੰ ਉੱਥੇ ਹੀ ਆ ਅਤੇ ਮੰਮੀ ਮੈਨੂੰ ਕਹਿੰਦੇ ਫਿਰ ਦੀਦੀ ਨੇ ਚੱਲ ਜਾਣਾ ਅਤੇ ਮੰਮੀ ਕਹਿੰਦੀ ਤੂੰ ਫਿਰ ਹੁਣੇ ਹੀ ਹੋ ਆ ਅਤੇ ਫਿਰ ਕਿਉਂਕਿ ਮੰਮੀ ਨੂੰ ਇਕੱਲੇ ਨਹੀਂ ਛੱਡਣਾ ਨਾ ਫਿਰ ਮੈਂ ਇਸੇ ਕਰਕੇ ਗਿਆ ਫਟਾਫਟ ਰੋਟੀ ਬਣਾ ਦਿਉ ਤਾਂ ਕਿ ਮੈਂ ਰੋਟੀ ਖਾ ਲਵਾਂਗੀ ਫ੍ਰੀ ਹੋ ਜਾਵਾਂਗੀ ਜਿੱਦਾਂ ਹੀ ਫੋਨ ਆਏਗਾ ਦੀਦੀ ਕਿ ਮੈਂ ਤੁਰਨ ਲੱਗਿਆ ਅਤੇ ਮੈਂ ਚੱਲ ਜਾਵਾਂਗੀ ਕਿਉਂਕਿ ਫਿਰ ਮੰਮੀ ਕੋਲ ਰਹਿਣਾ ਜ਼ਰੂਰੀ ਹੈ ਮੰਮੀ ਨੇ ਪਾਣੀ ਪਾਤਾ ਵੈਸੇ ਹੁਣੇ ਮੈਂ ਸੁੱਕਾ ਸੁੱਕਾ ਖਾਇਆ ਸੀ ਬੜਾ ਸਵਾਦ ਸੀ ਹੁਣ ਮੰਮੀ ਥੋੜ੍ਹੀ ਜਿਹੀ ਗ੍ਰੇਵੀ ਬਣਾ ਰਹੀ ਹੈ ਪਤਾ ਮੈਨੂੰ ਸਵਾਦ ਹੋਏਗਾ ਮੰਮੀ ਗ੍ਰੇਵੀ ਬਣਾ ਰਹੀ ਹੈ ਥੋੜ੍ਹੀ ਜਿਹੀ ਚਿਕਨ ਦੀ ਜਦੋਂ ਦੀ ਮੈਂ ਆਈ ਹਾਂ ਤੁਸੀਂ ਹੁਣ ਆ ਰਹੇ ਹੋ ਵਲੌਗ 'ਚ ਹੈ ਨਾ ਹਾਂ ਕਿਉਂਕਿ ਭਰਜਾਈ ਵੀ ਸਾਡੀ ਬਈ ਜੋਬ ਕਰਨ ਲੱਗ ਗਈ ਆ ਅੱਛਾ ਭਰਜਾਈ ਕਿੱਥੇ ਜੋਬ ਕਰਦੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਬੇਬੀ ਜੋਏ IVF ਸੈਂਟਰ ਹੈਗਾ ਉੱਥੇ ਜੋਬ ਕਰਦੇ ਨੇ ਸੋ ਮੈਂ ਭਰਜਾਈ ਦੀ ਐਡਵਰਟਾਈਜ਼ਮੈਂਟ ਕਰ ਦਿੰਦੀ ਹਾਂ ਜਿਹੜੇ ਦਿੱਲੀ ਦੇ ਕਿਤੇ ਵੀ ਰਹਿੰਦੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਭਰਜਾਈ ਨੂੰ ਅਗਰ ਕਿਸੇ ਨੇ ਵੀ ਬੇਬੀ ਕਰਵਾਉਣਾ ਜਿੱਦਾਂ IVF ਦੇ ਥਰੂ ਇੱਦਾਂ ਅਤੇ ਕੰਟੈਕਟ ਇੰਦਰਜੀਤ ਕੌਰ ਜਿਸ ਨੂੰ ਅਗਰ ਕੋਈ ਵੈਸੇ ਵੀ ਕੋਈ ਪ੍ਰੋਬਲਮ ਹੈਗੀ ਆ ਹੈ ਨਾ ਅਤੇ ਕੰਟੈਕਟ ਹਾਂ ਕੰਟੈਕਟ ਕਰ ਸਕਦੇ ਆ ਠੀਕ ਹੈ ਉਹ ਬੇਬੀ ਜੋਏ ਕਰਕੇ ਰਜੌਰੀ ਗਾਰਡਨ ਨਾ ਰਜੌਰੀ ਗਾਰਡਨ ਬਹੁਤ ਫੇਮਸ ਹੈ ਬਹੁਤ ਬੇਬੀ ਜੋ IVF ਸੈਂਟਰ ਗੁਰੂ ਗ੍ਰਾਮ ਹੈ ਮਤਲਬ ਤੁਸੀਂ ਕਿੱਥੋਂ ਵੀ ਕਿਸੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰ ਸਕਦੇ ਹੋ ਪਰ ਜੇ ਤੁਸੀਂ ਦਿੱਲੀ 'ਚ ਹੈਗੇ ਹੋ ਤਾਂ ਮਸਟ ਕਾਲ ਹਰ ਇਫ ਯੂ ਹੈਵ ਐਨੀ ਇਸ਼ੂ ਠੀਕ ਹੈ ਜੀ ਹੁਣ ਨੰਬਰ ਕਿੱਦਾਂ ਦਵਾਂ ਨੰਬਰ ਨਹੀਂ ਦਊਂਗੀ ਤੁਸੀਂ ਇਹਨਾਂ ਦੀ ਇੰਸਟਾਗ੍ਰਾਮ ਆਈਡੀ ਤੇ ਜਾ ਕੇ ਇਹਨਾਂ ਨੂੰ DM ਕਰ ਦਿਓ ਠੀਕ ਹੈ ਮੈਸੇਜ ਕਰ ਦਿਓ ਕੀ ਹੈ ਤੁਹਾਡੀ ਇੰਸਟਾਗ੍ਰਾਮ ਆਈਡੀ ਦੱਸੋ ਨੰਬਰ ਮੰਮੀ ਕਹਿੰਦੇ ਉਹੀ ਵਾਲਾ ਦੀ ਨੰਬਰ ਨਹੀਂ ਆਈਡੀ ਮੰਮੀ ਕੀ ਕਹਿ ਰਹੇ ਨੰਬਰ ਉਹੀ ਵਾਲਾ ਦੀ ਆਈਡੀ ਦਿਓ ਆਈਡੀ ਆਈਡੀ ਹੈ ਮੇਰੀ ਇੰਦਰ ਅੰਡਰਸਕੋਰ 23119 ਇੰਦਰ ਅੰਡਰਸਕੋਰ 23119 ਇਸੇ ਭਰਜਾਈ ਨੂੰ ਮੈਸੇਜ ਕਰਿਓ ਭਰਜਾਈ ਤੁਹਾਨੂੰ ਰਿਪਲਾਈ ਕਰੂਗੀ ਫਿਰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਇਹਨਾਂ ਦੀ ਲੱਗ ਹੀ ਚੱਲ ਰਹੀ ਹੈ ਮੇਰੇ ਵਿੱਚ ਮੈਂ ਤਾਂ ਨਾ ਸਮਝੀ ਉਹ ਸਮਝਿਆ ਤੇ ਸਮਝੀ ਇੱਧਰ ਦੇਖੋ ਇੱਧਰ ਦੇਖੋ ਅਰੇ ਫਿਰ ਮੇਰੇ ਪਿੱਛੇ ਬਿਠਾ ਕੇ ਉਹਨੂੰ ਓਏ ਸਿਸਟਰ ਨਹੀਂ ਹੈ ਤੇਰੀ ਅਬ ਮੈਂ ਤੇਰੇ ਕੋ ਛੋੜੂਗਾ ਨਹੀਂ ਅਬ ਤੇਰੇ ਕੋ ਛੋੜੇਗਾ ਨਹੀਂ ਉਹ ਦੇਖ ਉਹ ਦੇਖ ਕੀ ਹੋ ਗਿਆ ਉਸ ਕੋ ਦੇਖ ਹੈ ਬੇਹੋਸ਼ ਹੋ ਗਈ ਹੈ ਦੇਖ ਫਿਰ ਉਸ ਕੋ ਸਿਸਟਰ ਨਹੀਂ ਹੈ ਉਹ ਤੇਰੀ ਸਿਸਟਰ ਹੈ ਉਸ ਕੋ ਠੀਕ ਕਰ ਉਸ ਕੋ ਠੀਕ ਕਰ ਉਹ ਬੇਹੋਸ਼ ਹੋ ਗਈ ਹੈ ਤਾਂ ਬੇਹੋਸ਼ ਕਿ ਹੋਈ ਹੈ ਅੱਜ ਕਿੱਧਰ ਆਇਆ ਹੈ ਇਹ ਬੇਹੋਸ਼ ਹੋ ਗਈ ਹੈ ਫਿਰ ਇਸ ਕੋ ਠੀਕ ਕਰ ਮਾਨਾ ਨਹੀਂ ਹੈਗਾ ਮਾਨਾ ਨਹੀਂ ਹੈਗਾ ਲੈ ਸ਼ੁਰੂ ਹੋ ਗਏ ਹੁਣ ਚਲੋ
ਮੈਂ ਦਾਲ ਤੂੰ ਲੈ ਕੇ ਆ ਰਹੀ ਸੀ ਤੇਰੇ ਦਿਮਾਗ ਚ ਇੱਕੋ ਹੀ ਗੱਲ ਸੀ ਕਿ ਅਗਮ ਸੋਣਾ ਗਿਆ ਹੋਵੇ ਜੇ ਅੱਗੇ ਸੁੱਤਾ ਮਿਲਾ ਤੇ ਇਹਨੇ ਮੈਨੂੰ ਕਹਿਣਾ ਮੈਨੂੰ ਨੀਂਦ ਆ ਰਹੀ ਹੈ ਜਾਂ ਮੈਨੂੰ ਸਵਾਦ ਆ ਮੈਨੂੰ ਦੁਬਾਰਾ ਚੈੱਕ ਕਰ ਮੇਰੀ ਬੜੀ ਪਰੇਡ ਹੁੰਦੀ ਆ ਆਣ ਜਾਣ ਤੇ ਸ਼ੂਗਰ ਆ ਸੁੱਤਾ ਹੋਇਆ ਸੀ ਜਾਗ ਰਿਹਾ ਸੀ ਉਹ ਜਾਗ ਰਿਹਾ ਜਾਗ ਰਿਹਾ ਸੁੱਤਾ ਨਹੀਂ ਹੋਇਆ ਸੀ ਜਾਗ ਰਿਹਾ ਸੀ ਸ਼ੂਗਰ ਹੈਗਾ ਕਿ ਜਾਗ ਰਿਹਾ ਸੀ ਹਾਂ ਇਹ ਕੈਸੇ ਚਲਾ ਰਹੀ ਹੈ ਨਾਜ਼ ਉਹ ਦੇਖ ਅਗਮ ਸਟੰਟ ਕਰ ਰਹੀ ਹੈ ਤੇਰੀ ਭੈਣ ਓ ਗਿਰ ਜਾਏਗੀ ਉਹ ਧਿਆਨ ਤੇ ਖੇਲੋ ਦੋਨੋਂ ਆਰਾਮ ਸੇ ਪਿਆਰ ਸੇ ਇਹ ਪੈਰਾਂ ਚ ਮਾਰਨ ਕੁਛ ਨਹੀਂ ਪਤਾ ਹਾਂ ਚਲੋ ਜੀ ਗਰਮ ਗਰਮ ਰੋਟੀਆਂ ਮੰਗ ਗਈਆਂ ਹੁਣ ਰੋਟੀ ਖਾ ਲਈ ਦੇਖੋ ਭੁੱਖ ਮੈਨੂੰ ਲੱਗੀ ਹੋਈ ਆ ਪਤਾ ਪਤਾ ਰੋਟੀ ਮੰਗ ਕੇ ਗਈ ਦੋ ਖਾ ਲਓ ਪਤਾ ਵੀ ਚੱਲਦਾ ਕੁਛ ਖਾਤਾ ਨਹੀਂ ਰੋਟੀ ਦੇ ਦਿਓ ਬਸ ਰੋਟੀ ਖਾ ਲਈਏ ਇੱਧਰ ਆ ਕੇ ਇੰਨੀ ਥਕਾਵਟ ਹੋ ਜਾਂਦੀ ਹੈ ਕੱਲ੍ਹ ਵੀ ਕਿੱਥੇ ਸੁੱਤੇ ਕੋਈ ਪਤਾ ਨਹੀਂ ਹੁਣ ਵੀ ਕਿੱਥੇ ਸੁੱਤੇ ਕੋਈ ਪਤਾ ਨਹੀਂ ਹੋਰ ਕੈਸੇ ਹੋ ਭਾਈ ਲੋ ਪੀਲੀ ਪੀਲੀ ਟੀ ਸ਼ਰਟ ਬਸ ਇੱਕ ਭਾਈ ਲੋਕ ਇਹ ਰੋਟੀ ਖਾ ਰਹੇ ਸਾਥ ਸਾਥ ਮੈਂ ਇਹ ਫੋਨ ਸੁਣ ਰਿਹਾ ਪਤਾ ਨਹੀਂ ਕੁਛ ਵੀਡੀਓ ਸ਼ੀਡੀਓ ਸੁਣ ਰਿਹਾ ਹੈ ਚਲੋ ਪਲੇਟ ਸਾਡੀ ਆ ਗਈ ਹੈ ਇਹ 'ਚ ਮੈਂ ਚਿਕਨ ਖਾਧਾ ਸੀ ਪਹਿਲੇ ਚਲੋ ਖਾਈਏ ਰੋਟੀ ਅਨਾਜ਼ ਆ ਜਾ ਰੋਟੀ ਖਾਈਏ ਅਨਾਜ਼ ਨੂੰ ਵੀ ਰੋਟੀ ਖਵਾ ਦਿਉ ਕਿਉਂਕਿ ਅਨਾਜ਼ ਵੀ ਸਵੇਰ ਦੀ ਉੱਠੀ ਹੋਈ ਆ ਪੂਰਾ ਦਿਨ ਨਹੀਂ ਸੁੱਤੀ ਸੋ ਜਦੋਂ ਮੈਨੂੰ ਉੱਥੇ ਲੈ ਕੇ ਜਾਊਂਗੀ ਜਦੋਂ ਦੀਦੀ ਹੁਣੀ ਚਲੇ ਗਏ ਫਿਰ ਇਹਨੇ 5 ਮਿੰਟ ਲਾ ਲਓ ਸੋਚ ਐਸ ਹੋ ਜਾਏਗੀ ਫਿਰ ਇਹਨੂੰ ਰੋਟੀ ਖਵਾ ਦਈਏ ਹੈ ਨਾ ਚਲੋ ਰੋਟੀ ਖਾ ਕੇ ਮਿਲਦੇ ਆ ਦੇਖੋ ਗੁਦਗੁਦੀ ਕਰ ਰਹੇ ਦੋਨੋਂ ਇੱਕ ਦੂਜੇ ਨੂੰ ਕਰਿਓ ਗੁਦਗੁਦੀ ਕਰਿਓ ਐਸੇ ਨਹੀਂ ਗੁਦਗੁਦੀ ਜ਼ੋਰ ਸੇ ਕਰ ਲੋ ਜੀ ਦੋਸਤੋ ਨੈਕਸਟ ਡੇ ਹੋ ਚੁੱਕਾ ਆ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਵੈਲਕਮ ਬੈਕ ਇਸ ਵਲੌਗ 'ਚ ਨਾ ਚੀਕਾਂ ਮਾਰੋ ਘਰੇ ਦੇਖੋ ਕੋਈ ਨਹੀਂ ਹੈਗਾ ਦੋਨੋਂ ਬੱਚੇ ਪਾਪਾ ਔਰ ਮੇਰੇ ਹਵਾਲੇ ਔਰ ਸਾਨੂੰ ਇੰਨਾ ਤੰਗ ਕਰ ਰਿਹਾ ਅੱਛਾ ਸਾਰੇ ਕਿੱਥੇ ਗਿਆ ਮੈਂ ਤੁਹਾਨੂੰ ਸਾਰੀ ਅਪਡੇਟ ਦਿੰਦੀ ਹਾਂ ਮੰਮੀ ਦੇ ਠੀਕ ਹੋਣ ਕਰਕੇ ਕੁਛ ਨਹੀਂ ਹੋ ਪਾਇਆ ਕੁਛ ਵਲੌਗ ਨਹੀਂ ਬਣ ਪਾਏ ਕੋਈ ਰੀਲ ਨਹੀਂ ਬਣ ਪਾਈ ਕੁਛ ਅਪਡੇਟ ਨਹੀਂ ਮੇਰੇ ਪਾਈ ਕੁਛ ਵੀ ਨਹੀਂ ਕਰ ਪਾਈ ਅੱਜ ਅਸੀਂ ਵਾਪਿਸ ਜਾਣਾ ਅੱਜ ਮੰਡੇ ਹੈਗਾ ਰਾਤ ਤੱਕ ਆਪਾਂ ਵਾਪਿਸ ਤੁਰ ਜਾਵਾਂਗੇ ਅਤੇ 12:15 ਅਸੀਂ ਮੰਮੀ ਇੱਥੇ ਆ ਗਏ ਸੀਗੇ ਅਤੇ ਉੱਥੋਂ ਸਾਰੀ ਸਫਾਈ ਕਰਕੇ ਸਾਰਾ ਕੁਛ ਕਰਕੇ ਤਾਲੇ ਤੁਲੇ ਮਾਰ ਕੇ ਆਏ ਕਿ ਹੁਣ ਦੁਬਾਰਾ ਉੱਤੇ ਨਹੀਂ ਚੜਾਂਗੇ ਜੀਤ ਆਏ ਸੀ ਰਾਤੀ 2:30 ਵਜੇ ਅਤੇ ਹੁਣ ਇੱਥੇ ਹੈਗੇ ਹੁਣ ਐਕਚੁਲੀ ਮੰਮੀ ਨੂੰ ਪ੍ਰੋਪਰ ਫਰਕ ਨਹੀਂ ਪਿਆ ਫਿਰ ਜਿਹੜੇ ਸਾਡਾ ਇੱਧਰ ਪਾਪਾ ਹੁਣਾਂ ਦਾ ਫੈਮਲੀ ਡਾਕਟਰ ਆ ਡਾਕਟਰ ਅਸੂਦ ਉੱਥੇ ਲੈ ਕੇ ਗਏ ਆ ਮੰਮੀ ਨੂੰ ਮੈਂ ਇੱਧਰ ਮੰਮੀ ਨੂੰ ਨਾਲ ਭੇਜਿਆ ਕਿਉਂਕਿ ਮੰਮੀ ਔਰ ਜੀਤ ਨੂੰ ਤਾਂ ਪਤਾ ਨਹੀਂ ਸੀ ਹੈ ਨਾ ਐਡਰੈਸ ਅਤੇ ਮੰਮੀ ਗਏ ਆ ਨਾਲ ਅਤੇ ਮੈਂ ਚੱਲੀ ਸੀਗੀ ਨਹਾਉਣ ਮੈਂ ਕਿਹਾ ਚਲੋ ਨਹਾਉਣ ਤੋਂ ਪਹਿਲੇ ਤੁਹਾਨੂੰ ਅਪਡੇਟ ਦੇ ਦਾਂ ਅਤੇ ਕੀ ਕਹਿੰਦੇ ਆਪਣਾ ਹੁਣ ਉਹ ਮੈਡੀਸਿਨ ਲੈ ਕੇ ਅਤੇ ਜੀਤ ਆਪਣੀ ਦੋਨੋਂ ਮੰਮੀਆਂ ਨੂੰ ਚੱਪਲ ਦਿਵਾਉਣ ਲੈ ਗਏ ਨੇ ਕਿਉਂਕਿ ਜਿਹੜੀ ਹੁਣ ਦੋਨਾਂ ਨੇ ਚੱਪਲ ਪਾਈ ਸੀ ਉਹਨਾਂ ਨੂੰ ਨਹੀਂ ਪਸੰਦ ਆਈ ਹੋਏਗੀ ਅਤੇ ਕਹਿੰਦੇ ਮੈਂ ਦੋਨਾਂ ਨੂੰ ਜੁੱਤੀਆਂ ਦਵਾ ਕੇ ਫਿਰ ਮੈਂ ਘਰੇ ਲੈ ਕੇ ਆਉਣਾ ਅਤੇ ਹੁਣ ਦੇਖਦੇ ਹਾਂ ਦੋਨੋਂ ਮਾਵਾਂ ਨੂੰ ਸ਼ੋਪਿੰਗ ਕਰਾਉਣ ਲੈ ਕੇ ਗਏ ਆ ਜੀਤ ਕਿ ਦੋਨਾਂ ਨੂੰ ਜੁੱਤੀਆਂ ਦਵਾ ਦਾਂ ਓਕੇ ਅਤੇ ਅੱਜ ਅਸੀਂ ਵੀ ਮਾਰ ਕੇ ਜਾਣਾ ਅਤੇ ਮੈਂ ਪਾਪਾ ਕਹਿ ਰਿਹਾ ਮੈਂ ਦੋਨੋਂ ਬੱਚੇ ਦੇਖ ਲਵਾਂਗਾ ਤੂੰ ਜਾ ਕੇ ਨਹਾਇਆ ਮੈਂ ਸਿਰ ਸੁਰ ਪਾਉਣਾ ਓਇਲਿੰਗ ਕੀਤੀ ਹੋਈ ਆ ਅਤੇ ਆਉਣਗੇ ਤਾਂ ਫਿਰ ਮੈਂ ਤੁਹਾਨੂੰ ਮਿਲਵਾਉਂਦੀ ਹਾਂ ਜਦ ਤੱਕ ਆਉਂਦੇ ਮੈਂ ਫਟਾਫਟ ਨਾ ਆਇਆ ਵਾਂ 1:30 ਵੱਜ ਚੁੱਕਿਆ ਅਸੀਂ ਕੁਛ ਵੀ ਨਹੀਂ ਖਾਧਾ ਮੈਂ ਚਾਹ ਪੀਤੀ ਸੀ ਪਾਪਾ ਨੇ ਫੁਲਕਾ ਬਣਾ ਕੇ ਦਿੱਤਾ ਸੀ ਚਾਹ ਪੀਤੀ ਸੀਗੀ ਅਤੇ ਹੁਣ ਅਸੀਂ ਰੋਟੀ ਰੋਟੀ ਖਾਵਾਂਗੇ ਅਤੇ ਬਾਕੀ ਕੀ ਕਹਿੰਦੇ ਆਪਣਾ ਮੈਂ ਨਹਾ ਕੇ ਮਿਲਦੀ ਹਾਂ ਫਿਰ ਦੇਖਦੇ ਹਾਂ ਜੀਤ ਨੇ ਕਿੱਦਾਂ ਦੀ ਸ਼ੋਪਿੰਗ ਕਰਾਈ ਹੈ ਦੋਨੋਂ ਮੰਡੀਆਂ ਨੂੰ ਓਪਨਿੰਗ ਠੀਕ ਹੈ
ਹਾਂਜੀ ਦੋਸਤੋ, ਫਿਰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ, ਵੈਲਕਮ ਬੈਕ। ਮੈਂ ਦਿੱਲੀ ਵਾਲਾ ਵਲੌਗ ਕੰਟੀਨਿਊ ਕਰਦੀ ਹਾਂ। ਅੱਛਾ, ਅੱਜ ਹੈਗੀ ਆ ਮੰਗਲਵਾਰ, ਮਤਲਬ 25 ਜੂਨ, ਅਤੇ ਅਸੀਂ ਮੋਰਨਿੰਗ, ਅਸੀਂ ਕੱਲ੍ਹ 10 ਵਜੇ ਤੁਰੇ ਸੀਗੇ ਰਾਤੀ, ਅਤੇ ਅਸੀਂ 4:30 ਵਜੇ ਘਰ ਆ ਕੇ ਸੋ ਗਏ ਸੀ। ਉਸ ਤੋਂ ਬਾਅਦ ਬੈਂਕ ਚਲੀ ਗਈ ਸੀ। ਅੱਜ ਮੈਂ ਬੈਂਕ ਤੋਂ ਆਈ ਹਾਂ, ਆ ਕੇ ਮੈਂ ਕੀ ਕੀਤਾ, ਅੱਛਾ ਮੈਂ ਤੁਹਾਨੂੰ ਪੂਰੀ ਅਪਡੇਟ ਦਿੰਦੀ ਹਾਂ, ਠੀਕ ਹੈ। ਇਹ ਹੈ ਕਿ ਸਭ ਤੋਂ ਪਹਿਲੇ ਹੁਣ ਮੈਂ ਆ ਕੇ ਜੋ ਹੈ ਸਬਜ਼ੀ ਰੱਖੀ ਆ ਉੱਤੇ ਆਲੂ ਮਟਰਾਂ ਦੀ, ਅਤੇ ਹੁਣ ਇਹ ਦੱਸਦੀ ਉੱਥੇ ਵਲੌਗਸ ਕਿਉਂ ਨਹੀਂ ਬਣਾ ਪਾਏ ਸੀ। ਇੱਕ ਤਾਂ ਅਸੀਂ ਥੋੜ੍ਹੀ ਜਿਹੀ ਸਾਡੇ ਮਿਸਹੈਪਨਿੰਗ ਹੋ ਗਈ ਸੀ, ਮੇਰੀ ਭੂਆ ਜੀ ਦਾ ਭੋਗ ਸੀ ਉੱਥੇ ਗਏ ਸੀ, ਤਾਂ ਚਲੋ ਉਹ ਤਾਂ ਵੀ ਨਹੀਂ ਵਲੌਗ ਬਣਿਆ। ਕੁਛ ਮੰਮੀ ਜਾ ਕੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ, ਤਾਂ ਕਰਕੇ ਕੁਛ ਵੀ ਮੈਂ ਉੱਥੇ ਜਾ ਕੇ ਵਲੌਗ ਰੀਲਸ ਕੁਛ ਵੀ ਨਹੀਂ ਬਣਾ ਪਾਈ, ਤੁਹਾਨੂੰ ਸਾਰਿਆਂ ਨੂੰ ਕੋਈ ਅਪਡੇਟ ਨਹੀਂ ਦੇ ਪਾਈ। ਕੱਲ੍ਹ ਜਾ ਕੇ ਮੈਂ ਇੰਸਟਾਗ੍ਰਾਮ 'ਤੇ ਜਦੋਂ ਆਪਾਂ ਜਿਲਮਲ ਡੱਬੇ ਪਹੁੰਚੇ ਤਾਂ ਮੈਂ ਸਟੋਰੀਆਂ ਪੋਸਟ ਕੀਤੀਆਂ, ਹੈ ਨਾ, ਅਤੇ ਹਜੇ ਵੀ ਮੰਮੀ ਪ੍ਰੋਪਰ ਠੀਕ ਨਹੀਂ ਹੈਗਾ, ਬਟ ਫਰਕ ਹੈਗਾ। ਦਿੱਲੀ ਜਾ ਕੇ ਮੰਮੀ ਨੂੰ ਗਲੂਕੋਜ਼ ਜਿਹੜੇ 2-3 ਇੰਜੈਕਸ਼ਨ, ਕਿੰਨੇ ਇੰਜੈਕਸ਼ਨ ਲੱਗੇ ਤੁਹਾਨੂੰ? 8 ਇੰਜੈਕਸ਼ਨ ਲੱਗੇ 3 ਦਿਨ ਦੇ ਅੰਦਰ ਅੰਦਰ। ਹੁਣ ਠੀਕ ਨੇ, ਬਟ ਫਿਰ ਵੀ ਉਹਨੇ ਠੀਕ ਨਹੀਂ ਹੈਗੇ, ਅਨਾਸਕਰ ਇੱਥੇ ਸੁੱਤੀ ਹੋਈ ਆ। ਅਤੇ ਇਸ ਕਰਕੇ ਅਸੀਂ ਦਿੱਲੀ ਕੋਈ ਵਲੌਗ ਨਹੀਂ ਬਣਾ ਪਾਏ ਸੀ, ਕੁਛ ਵੀ ਨਹੀਂ ਬਣਾ ਪਾਏ ਸੀ, ਅਤੇ ਬਟ ਮੈਂ ਇਹਦੇ 'ਚ ਇਹ ਇਨਕਲੂਡ ਕਰ ਦਿੰਦੀ ਹਾਂ, ਹੈ ਨਾ। ਅਤੇ ਬਸ ਮੰਮੀ ਦੇ ਠੀਕ ਨਾ ਹੋਣ ਕਰਕੇ ਆਪਾਂ ਨਹੀਂ ਵਲੌਗ ਬਣਾ ਪਾਏ। ਹੁਣ ਹੋ ਕੇ ਵਾਪਿਸ ਆ ਚੁੱਕੇ ਹਾਂ, ਅੱਜ ਦੁਬਾਰਾ ਬੈਂਕ ਵੀ ਜੁਆਇਨ ਕਰ ਚੁੱਕੇ ਹਾਂ, ਆ ਗਏ ਹੋਏ ਆ। ਹੁਣ ਘਰ ਦੇ ਕੰਮ ਕਾਰ ਕਰਾਂਗੇ, ਬੈਗ ਵਗੈਰਾ ਅਨਪੈਕ ਕਰਨ ਵਾਲੇ ਪਏ ਹੋਏ ਆ, ਉਹ ਕਰਾਂਗੇ। ਅਤੇ ਹੁਣ ਮੈਂ ਸਬਜ਼ੀ ਬਣਾ ਕੇ ਆਈ ਸੀ, ਹਜੇ ਟਾਈਮ 7:15 ਹੋ ਰਿਹਾ, ਅੱਜ ਮੈਂ 5:20 'ਤੇ ਘਰ ਆ ਗਈ ਸੀ ਟਾਈਮ ਨਾਲ, ਕਿਉਂਕਿ ਛੇਤੀ ਫ੍ਰੀ ਹੋ ਗਈ ਸੀ। ਫਿਰ ਮੈਂ ਕਿਹਾ ਘਰ ਜਾ ਕੇ ਕੰਮ ਕਰਨਾ ਬਹੁਤ ਸਾਰਾ ਪਿਆ, ਸਬਜ਼ੀ ਬਣਾਉਣੀ ਹੈ ਅਤੇ ਛੇਤੀ ਚੱਲਦੇ ਆ, ਕਿਉਂਕਿ ਫ੍ਰੀ ਤਾਂ ਹੋ ਹੀ ਗਈ ਸੀ, ਅਤੇ ਮੈਂ ਕਿਹਾ ਬਹਿ ਕੇ ਕਰਨਾ ਕੀ ਹੈ, ਹੈ ਨਾ, ਬੈਂਕ 'ਚ। ਅਤੇ ਬਸ ਆ ਕੇ ਜਦੋਂ ਮੈਂ ਆਈ ਤਾਂ ਪਾਪਾ ਬਣਾ ਰਹੇ ਸੀਗੇ ਚਾਹ, ਅਤੇ ਫਿਰ ਚਾਹ ਚੂ ਪੀਤੀ, ਅਤੇ ਹੁਣ ਮੈਂ ਕਿਹਾ ਚਲੋ ਸਭ ਤੋਂ ਪਹਿਲੇ ਸਬਜ਼ੀ ਬਣਾਉਂਦੇ ਹਾਂ, ਫਿਰ ਕੋਈ ਹੋਰ ਕੰਮ ਕਰਾਂਗੇ ਅਸੀਂ। ਅਤੇ ਬਸ ਇਹੀ ਰੀਜ਼ਨ ਸੀਗਾ ਕਿ ਵਲੌਗ ਨਹੀਂ ਪਾਏ, ਉੱਥੇ ਜਾ ਕੇ ਕੁਛ ਨਹੀਂ ਦਿਖਾ ਪਾਏ ਤੁਹਾਨੂੰ, ਕੁਛ ਵੀ ਨਹੀਂ। ਇੱਕ ਜਾਣ ਦਾ ਵਲੌਗ ਪਾਇਆ ਅਤੇ ਇੱਕ ਹੋਰ ਵਲੌਗ ਪਾਇਆ, ਹੈ ਨਾ, ਉਸ ਤੋਂ ਇਲਾਵਾ ਅਸੀਂ ਵਲੌਗ ਨਹੀਂ ਪਾਇਆ। ਆਈ ਜੀ ਕਮੀ ਲਿੱਦੂ ਆਈ, ਕਿੱਥੇ ਗਿਆ ਸੀ, ਕਿੱਥੇ ਗਿਆ ਸੀ ਤੂੰ? ਦਿੱਲੀ ਹਾਊਸ, ਦਿੱਲੀ ਹਾਊਸ ਮੈਨੂੰ ਕਹਿੰਦੀ, ਮੈਨੇ ਨਹੀਂ ਜਾਣਾ ਪੰਜਾਬ ਹਾਊਸ, ਮੈਨੇ ਇਹੀ ਰਹਿਣਾ ਹੈ, ਕਹਿੰਦੀ ਹੈ। ਲੱਡੇ ਹੈ ਮੇ ਲੱਡੀ, ਸੋਹਣੀ 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 ਸੋਹਣੀ। ਬਈ ਕੁੱਕਰ 'ਤੇ ਲੱਗ ਰਹੀਆਂ ਨੇ ਸੀਟੀਆਂ, 3 ਵੱਜ ਗਈਆਂ, ਇੱਕ ਹੋਰ ਆ ਜਾਏ ਅਤੇ ਕੁੱਕਰ ਕਰ ਦਾਂਗੇ ਬੰਦ। ਅਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ, ਦੇਖੋ ਇੱਥੇ ਲੱਗਾ ਆ ਢੇਰ ਕੱਪੜੇ, ਤਹਿ ਲਾਉਣ ਵਾਲੇ ਆ, ਪਿੱਛੋਂ ਧੋਤੇ ਸੀਗੇ ਅਤੇ ਪਾਪਾ ਨੇ ਮਸ਼ੀਨ 'ਚ ਪਾ ਕੇ ਧੋਤੇ ਸੀਗੇ, ਅਤੇ ਤਹਿ ਧੋ ਲਾਉਣੇ ਆ, ਅਤੇ ਹੁਣ ਇਹ ਵੀ ਤਹਿ ਲਾ ਲਈਏ, ਢੇਰ ਲੱਗਾ ਹੋਇਆ ਅਤੇ ਬਾਹਰ ਕੱਪੜੇ ਹੋਰ ਟੁੱਟਦੇ ਪਏ ਆ। ਉਸ ਤੋਂ ਬਾਅਦ ਇਹ ਬੈਗ ਅਨਪੈਕ ਕਰਾਂਗੀ, ਇਹਦੇ ਵਿੱਚ ਵੀ ਕੱਪੜੇ ਧੋਣ ਵਾਲੇ ਆ, ਫਿਰ ਉਹ ਕੱਢ ਕੇ ਉਹ ਧੋ ਕੇ ਆਵਾਂਗੀ, ਅਤੇ ਸਾਰੇ ਕੱਪੜੇ ਕਰਦੇ ਆ ਨਾਲ ਨਾਲ ਅਲਮਾਰੀ 'ਚ ਸੈੱਟ, ਹਾਲਤ ਬੁਰੀ ਹੋਣ ਵਾਲੀ ਅੱਜ। ਉਸ ਤੋਂ ਬਾਅਦ ਫਿਰ ਘੰਟੇ ਤੱਕ ਰੋਟੀਆਂ ਬਣਾਵਾਂਗੇ, ਹੈ ਨਾ। ਚਲੋ ਕੱਪੜੇ ਤਹਿ ਲਈਏ ਪਹਿਲਾਂ। ਅਰੂ ਕਿੱਥੇ ਦਾਦੂ ਦਾ ਗੁਲਗੱਟਾ ਹੈ, ਕਿੱਥੇ ਆ ਉਹ ਮੇਰੇ ਗੁਲਗੱਟੇ? ਦੱਸ ਕਿੱਥੇ ਆ ਮੇਰੇ ਗੁਲਗੱਟਾ? ਨਹੀਂ ਬੇਟੇ, ਕੰਡੀ ਬਾ ਐ ਰਿਆ, ਮੇਰੇ ਢਿੱਡ ਤੇ ਪੈਰ ਨਹੀਂ ਲੱਗਣਾ ਬੇਟਾ। ਕਿੱਥੇ ਗੁਲਗੱਟਾ ਦਾਦੂ ਦਾ? ਦਾਦੂ ਦਾ ਗੁਲਗੱਟਾ ਕਿਹੜਾ ਬੜੀ ਸੋਚ ਸਮਝ ਕੇ ਲਿਆਏ ਗੁੜਗੱਟੇ, ਕੜਾ ਲਾਤਾ ਦੂਸਰਾ ਵੀ, ਕੜਾ ਪਾ ਹੈ। ਬਾਬਾ ਜੀ ਗੁੱਸਾ ਕਰਦੇ ਹੈ, ਉਹ ਗੁੱਛਾ ਕਰਨਗੇ, ਬਾਬਾ ਜੀ ਕੜਾ ਪਾਓ, ਸਭ ਨੇ ਪਾਇਆ, ਦੇਖ ਮੰਮਾ ਨੇ ਵੀ ਪਾਇਆ, ਆ ਦੇਖ ਦਾਦੂ ਨੇ ਵੀ ਪਾਇਆ, ਦਾਦੀ ਨੇ ਵੀ ਕੜਾ ਪਾਇਆ ਜੀ, ਪਾਪਾ ਨੇ, ਚਾਚੇ ਨੇ, ਸਭ ਪਾਉਂਦੇ ਆ ਕੜਾ,
ਤੁਸੀਂ ਵੀ ਪਾਓ ਮੇਰੇ ਗੁੜ ਗੱਟੇ ਵੈਰੀ ਗੁੱਡ ਕੀ ਹੋਇਆ ਹੁਣ ਕੁਛ ਨਹੀਂ ਹੋਇਆ ਚੱਲ ਮਤ ਕਿਆ ਡੰਡੀ ਮਾਰਨ ਆਈ ਦਾਦੂ ਨੇ ਆਪਕੋ ਦੰਦੀ ਮਾਰੀ ਥੀ ਦਾਦੂ ਨੇ ਬੁਲਾਇਆ ਥਾ ਮੇਰੇ ਕੋ ਕਿਆ ਕਰ ਰਹੀ ਆ ਦੰਦੀਆਂ ਮਾਰਤੀ ਪਾਪਾ ਨੂੰ ਸਾਥ ਤੇਰੀ ਮੰਮੀ ਨੂੰ ਦਿਖਾਣਾ ਦਾਦੇ ਛੱਪ ਗਏ ਹੋਣੇ ਸਾਰੇ ਮੰਮੀ ਬਸ ਹੁਣ ਇੰਨੀਆਂ ਤਾਂ ਦਾਦੇ ਨੇ ਨਹੀਂ ਮਾਰੀਆਂ ਜਿੰਨੀ ਤੂੰ ਮਾਰਤੀਆਂ ਦੰਦੀਆਂ ਬਸ ਬਸ ਹੋ ਗਿਆ ਬਦਲਾ ਪੂਰਾ ਚਲ ਆ ਗਿਆ ਕਹਿੰਦੀ ਮਾਰ ਕੇ ਆਇਆ ਮਜਾ ਹਾਂਜੀ ਕਰੋ ਹੈ ਕਿਆ ਕਰੋ ਹਾਂਜੀ ਖਾਰਿਸ਼ ਕਰਨੀ ਹੈ ਤੇਰੀ ਖਾਰਿਸ਼ ਕਰ ਬਸ ਚੱਲ ਬਈ ਸਾਡੀ ਮੰਮੀ ਨਾਲ ਨਾ ਇੱਕ ਤੋਂ ਵੱਧ ਕੇ ਇੱਕ ਹਾਦਸੇ ਹੋ ਰਹੇ ਨੇ ਮੰਮੀ ਠੀਕ ਨਹੀਂ ਸੀਗੇ ਨਾ ਡਾਕਟਰ ਕੋਲ ਲੈ ਕੇ ਗਏ ਡਾਕਟਰ ਨੇ ਗਲੂਕੋਜ਼ ਚੜਾਉਣਾ ਸੀ ਉਹ ਗਲੂਕੋਜ਼ ਪੌੜੀਆਂ ਚੜ੍ਹਨ ਲੱਗੇ ਉੱਥੇ ਗਿਰ ਗਏ ਗੋਡੇ 'ਤੇ ਲੱਗ ਗਈ ਹੁਣ ਮੰਮੀ ਨੂੰ ਗਲੂਕੋਜ਼ ਚੜ੍ਹਦਾ ਪਿਆ ਹਰਜੀ ਕੋਲ ਹੈਗਾ ਅਤੇ ਜੀਤ ਹੁਣ ਆਏ ਸੀ ਕਹਿੰਦੇ ਚਲ ਮੰਮੀ ਨੂੰ ਦੇਖ ਲਈਏ ਕਿਉਂਕਿ ਮੰਮੀ ਨੂੰ ਘੰਟਾ ਡੇਢ ਲੱਗ ਜਾਏਗਾ ਦੋ ਤਿੰਨ ਚਾਰ ਬੋਤਲਾਂ ਚੜ੍ਹਨੀਆਂ ਹੈਗੀਆਂ ਸੋ ਮੰਮੀ ਨੂੰ ਦੇਖਣ ਜਾ ਰਹੇ ਹਾਏ ਹਾਏ ਮੈਂ ਨਹੀਂ ਕੀਤਾ ਤੇਰੀ ਕੁੜੀ ਨੇ ਕੀਤਾ ਇੱਦਾਂ ਦੇਖੋ ਇਹਨਾਂ ਨੂੰ ਐਸਾ ਕੁਛ ਨਹੀਂ ਹੈ ਕੋਈ ਐਸੀ ਚੀਜ਼ ਨਹੀਂ ਛੱਡਣੀ ਜੋ ਇਹਨਾਂ ਨੂੰ ਨਾ ਹੋਈ ਹੋਵੇ ਹੈਂ ਇੱਥੋਂ ਗਿਰ ਗਏ ਦੱਸੋ ਇੱਥੋਂ ਗਿਰ ਗਏ ਗਲੂਕੋਜ਼ ਨੂੰ ਚੜ੍ਹਦਾ ਪਿਆ ਹੁਣ ਇਹ ਦੂਜੀ ਬੋਟਲ ਚੜ੍ਹਦੀ ਪਈ ਹੈ ਇਸ ਤੋਂ ਬਾਅਦ ਇੱਕ ਬੋਟਲ ਹੋਰ ਕਿਉਂ ਚੜ੍ਹਨੀ ਹੈ ਮਤਲਬ ਘੰਟਾ ਡੇਢ ਘੰਟਾ ਅਜੇ ਲੱਗੇਗਾ ਆਰਾਮ ਨਾਲ ਹੈ ਨਾ ਉਸ ਤੋਂ ਬਾਅਦ ਆ ਘਰ ਆਉਣਗੇ ਤਾਂ ਅਸੀਂ ਕਿਹਾ ਜੀਤ ਕਹਿੰਦੇ ਚਲ ਮੰਮੀ ਨੂੰ ਦੇਖ ਆਈਏ ਅਤੇ ਅਸੀਂ ਵਾਪਿਸ ਆ ਜਾਵਾਂਗੇ ਅਤੇ ਹੁਣ ਅਸੀਂ ਮੰਮੀ ਨੂੰ ਦੇਖਣ ਆਏ ਸੀ ਅਤੇ ਬਸ ਮੰਮੀ ਕੋਲ ਥੋੜ੍ਹੀ ਦੇਰ ਰੁਕ ਕੇ ਫਿਰ ਅਸੀਂ ਘਰ ਜਾਵਾਂਗੇ ਫਿਰ ਯਹਾਂ ਸੇ ਅੱਛਾ ਇਹ ਸਾਥ ਵਾਲੀ ਸ਼ੋਪ ਸੇ ਠੀਕ ਹੋ ਜਾਓਗੇ ਕੋਈ ਗੱਲ ਠੀਕ ਹੋ ਜਾਓਗੇ